ਸਬਸਕ੍ਰਾਈਬ ਕਰੋ ਚੈਨਲ ਨੂੰ ਅਤੇ ਹਰ ਅਪਡੇਟ ਪਹਿਲਾਂ ਪ੍ਰਾਪਤ ਕਰੋ ਜੀ। ਅਸੀਂ ਜਾ ਰਹੇ ਹਾਂ ਜੀ ਗੁਰਦੁਆਰਾ ਸੱਚਾ ਸੌਦਾ। ਰੋਡ ਮੇਨ ਰੋਡ ਛੱਡੀ ਹੈ ਅਤੇ ਨਾਲੇ ਸਾਨੂੰ ਸਿਕਿਉਰਿਟੀ ਅੱਗੇ ਮਿਲ ਗਈ ਹੈ ਅਤੇ ਬਹੁਤ ਹੀ ਚੰਗੀ ਗੱਲ ਹੈ। ਨਾਲ ਨਾਲ ਸਿਕਿਉਰਿਟੀ ਸਾਡੇ ਨਾਲ ਨਾਲ ਚੱਲਦੀ ਹੈ, ਜਿੱਥੇ ਵੀ ਜਾਈਏ ਉੱਥੇ ਸਿਕਿਉਰਿਟੀ ਅੱਗੇ ਹਾਜ਼ਰ ਹੈ ਜੀ। ਭਾਈ ਗਗਨਦੀਪ ਸਿੰਘ ਜੀ, ਭਾਈ ਬਲਵਿੰਦਰ ਸਿੰਘ ਜੀ ਚਾਹ ਪੀਣ ਆਏ ਹਾਂ ਜੀ ਇਸ ਟਾਈਮ ਬਹੁਤ। ਭਾਈ ਗੁਰਮੀਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਹੁਣ ਸਿਆਲ ਮੋੜ ਪਹੁੰਚੇ ਹਾਂ। ਪੰਜਾ ਸਾਹਿਬ ਤੋਂ ਅਸੀਂ ਸਫ਼ਰ ਕਰਦੇ ਹੋਏ ਨਨਕਾਣਾ ਸਾਹਿਬ ਨੂੰ ਜਾਂਦੇ ਹੋਏ ਰਸਤੇ ਵਿੱਚ ਚਾਹ ਪੀਂਦੇ ਹੋਏ ਸਾਰੇ ਅਸੀਂ ਬੈਠੇ ਹਾਂ। ਹੁਣ ਇਹ ਭਾਈ ਸਾਹਿਬ ਵੀ ਦੱਸਣਗੇ ਚਾਹ ਕਿਵੇਂ ਲੱਗੀ ਸਾਨੂੰ। ਚਾਹ ਬਹੁਤ ਵਧੀਆ ਜੀ ਅਤੇ ਮਿੱਠਾ ਅਸੀਂ ਆਪ ਐਡ ਕੀਤਾ, ਇਹਨਾਂ ਲੋੜ ਅਸੀਂ ਪਾ ਲਿਆ। ਨਾਲ ਫਰੈਂਚ ਫਰਾਈ ਖਾਧੇ ਨੇ, ਨਾਲ ਅਸੀਂ ਸੈਂਡਵਿਚ ਖਾਧੇ ਨੇ, ਭਾਈ ਸਾਹਿਬ ਨੇ ਵੀ ਉਹੀ ਕੁਛ ਖਾਧਾ। ਬਸ ਬਸ ਥੈਂਕ ਯੂ ਜੀ। ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ ਹੈ ਦੇ ਕਥਨ ਅਨੁਸਾਰ ਬਾਬਾ ਜੀ ਨੇ ਇੱਥੇ ਜੋ ਸਾਡੇ ਵਾਸਤੇ ਰਿਜ਼ਕ ਲਿਖਿਆ ਸੀ ਉਹ ਆਪਣੇ ਹਿੱਸੇ ਦਾ ਲੈਣ ਆਏ ਹਾਂ ਅਤੇ ਉਹਦਾ ਆਨੰਦ ਮਾਣ ਰਹੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ। ਬਹੁਤ ਆਨੰਦ ਆਇਆ, ਛੱਕ ਕੇ ਹੁਣ ਚਾਹ ਪੀਣ ਲੱਗੇ ਹਾਂ। ਦਾਰਾ ਭਾਜੀ ਨੇ ਕਿਲਰੇ ਹੋਏ ਰਿਜ਼ਕ ਨੂੰ ਇਕੱਠਾ ਕਰ ਲਿਆ ਅਤੇ ਸਾਰੇ ਵੀ ਕੋਈ ਨਹੀਂ ਹੈਲੋ ਬਹੁਤ ਵਧੀਆ ਚਾਹ ਵਰਗੀ ਹੈ ਅਤੇ ਸਾਡੇ ਸ਼ਮਸ਼ੇਰ ਜੀ ਰਸਤੇ ਸਾਨੂੰ ਲਾਹਾ ਦਿਵਾ ਰਹੇ ਨੇ ਸਾਰਾ ਖਾਣ ਪੀਣ ਦਾ ਘੁੰਮਾਉਣ ਦਾ ਖਿਆਲ ਰੱਖ ਰਹੇ ਨੇ ਹਰ ਮੋੜ 'ਤੇ। ਅਸੀਂ ਸਾਰੇ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜੋ ਸਾਨੂੰ ਇਕੱਲਾ ਸਫ਼ਰ ਨਹੀਂ ਕਰਾ ਰਹੇ ਨਾਲ ਇੰਜੋਏ ਵੀ ਕਰਾ ਰਹੇ ਨੇ। ਬਹੁਤ ਬਹੁਤ ਧੰਨਵਾਦ ਜੀ। ਕੱਪ ਦੇ ਕੱਪ ਚਾਹ ਸਾਡੇ ਅਮਨਜੋਤ ਭਾਅ ਜੀ ਬਹੁਤ ਅੱਛੇ ਤਬਲਾਵਾਂ ਦੇ ਉਸਤਾਦ ਬੰਦੇ ਖਾ ਰਹੇ ਹੈ। ਚਾਹ ਬਹੁਤ ਅੱਛੀ ਬਣਾਈ ਹੈ ਨਾ, ਡੱਗੀ ਵਾਲੇ ਹੱਥ ਨਾਲ ਸੈਂਡਵਿਚ ਫੜਿਆ ਹੋਇਆ, ਜੱਟੂ ਵਾਲੇ ਹੱਥ ਨਾਲ ਚਾਹ ਬਣਾਈ। ਇਹ ਸਾਡੇ ਬਲਵਿੰਦਰ ਭਾਅ ਜੀ ਇਹ ਵੀ ਸਾਥੀ ਨੇ ਸਾਡੇ ਨਾਲ। ਭਾਅ ਜੀ ਕੁਛ ਬੋਲਣਾ ਚਾਹੁੰਦੇ ਹੋ? ਫਤਿਹ ਬੁਲਾਓ। ਬੜੇ ਪਿਆਰੇ ਬੜੇ ਪਿਆਰੇ ਬਲਵਿੰਦਰ ਵੀਰ ਜੀ ਔਰ ਸਾਡੇ ਦੇ ਪਿਆਰੇ ਭਾਈ ਸ਼ਮਸ਼ੀਰ ਸਿੰਘ ਜੀ। ਸ਼ਮਸ਼ੀਰ ਭਾਅ ਜੀ ਕੋਈ ਕਥਾ ਬਿਆਰ ਭਾਈ ਜੀ ਗੁਰਦੁਆਰਾ ਸੱਚਾ ਸੌਦਾ, ਜਿੱਥੇ ਸਤਿਗੁਰ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ 20 ਰੁਪਏ ਦਾ ਸੌਦਾ ਕੀਤਾ ਸੀ ਅਤੇ ਗਰੀਬਾਂ ਨੂੰ ਲੰਗਰ ਛਕਾਇਆ ਸੀ, ਸੰਤਾਂ ਸਾਧਾਂ ਨੂੰ ਲੰਗਰ ਛਕਾਇਆ ਸੀ। ਇਹ ਮੰਡੀ ਚੂੜਖਾਨਾ ਇਹ ਪਹਿਲਾਂ ਸ਼ਹਿਰ ਸੀ, ਹੁਣ ਇਹਦਾ ਨਾਮ ਹੋ ਗਿਆ ਫਰੂਕਾਬਾਦ। ਅਤੇ ਗੁਰਦੁਆਰਾ ਸੱਚਾ ਸੌਦਾ ਕੀ ਬਾਤ, ਇੱਥੋਂ ਹੀ ਲੰਗਰ ਸ਼ੁਰੂ ਹੋਇਆ, ਪ੍ਰਥਾ ਚੱਲੀ ਹੈ ਤੇ ਅੱਜ ਸਾਰੇ ਸੰਸਾਰ ਦੇ ਵਿੱਚ ਸਿੱਖੀ ਦੀ ਬੱਲੇ ਬੱਲੇ ਹੋਈ। 20 ਰੁਪਏ ਦਾ ਲੰਗਰ ਦੇਖੋ ਕਿੰਨਾ ਫੈਲ ਗਿਆ ਸੋਹਣਿਆ ਸੱਜਣਾ। ਹਾਂਜੀ 20 ਰੁਪਏ ਦਾ ਵਿਆਹ ਪੂਰੀ ਸਿੱਖ ਸੰਗਤ ਖਾ ਰਹੀ ਹੈ, ਪੂਰੀ ਦੁਨੀਆ ਖਾ ਰਹੀ ਹੈ ਮੇਰੀਆਂ ਸੋਹਣਿਆ ਸੱਜਣਾ। ਉਹ ਕਿੰਨੀ ਬਰਕਤ ਸੀ 20 ਰੁਪਏ ਦੇ ਵਿੱਚ, ਅੱਜ ਤੱਕ ਚੱਲ ਰਹੀ ਜਿਹੜਾ ਅੱਜ ਤੱਕ ਦੁਨੀਆ ਦਾ ਚੱਲ ਰਿਹਾ।
ਬਾਬਾ ਮਨ ਮਤ ਵਾਰੋ ਨਾਮ ਰਸ ਪੀਵੇ ਨਾਮ ਰਸ ਪੀਵੇ ਦਰਸ਼ਨ ਕਰੋ ਜੀ ਗੁਰਦੁਆਰਾ ਸਾਹਿਬ ਸੱਚਾ ਸੌਦਾ ਪਾਕਿਸਤਾਨ ਜਿੱਥੋਂ ਗੁਰੂ ਸਾਹਿਬ ਜੀ ਨੇ ਬੇਸਿਕਲੀ ਇਹ ਜੰਗਲ ਸੀ ਮੰਡੀ ਚੂੜ ਕਾਣਾ ਦਾ, ਇੱਥੇ ਦੁਨੀਆਦਾਰੀ ਤੋਂ ਕੱਟੇ ਹੋਏ ਲੋਕ ਰਹਿੰਦੇ ਸਨ। ਚੂੜ ਦਾ ਮਤਲਬ ਹੈ, ਮਤਲਬ ਇੱਥੇ ਇਸ ਮੰਡੀ ਦੇ ਵਿੱਚ ਗੁਲਾਮਾਂ ਦੀ, ਇਨਸਾਨਾਂ ਦੀ ਖਰੀਦੋ ਫਰੋਖਤ ਹੁੰਦੀ ਸੀ, ਗੁਲਾਮ ਵਿਕਦੇ ਸਨ। ਜਾਤ ਪਾਤ ਵਿੱਚ ਇੰਨਾ ਕੁ ਲੋਕ ਵੰਡੇ ਹੋਏ ਸਨ, ਛੋਟੀ ਜਾਤੀ ਨੂੰ ਲੋਕ ਆਪਣੇ ਪਿੰਡਾਂ ਦੇ ਵਿੱਚ ਵੀ ਨਹੀਂ ਸੀ ਰਹਿਣ ਦਿੰਦੇ। ਅਤੇ ਜਦੋਂ ਗੁਰੂ ਸਾਹਿਬ ਜੀ ਇੱਥੇ ਆਏ ਸਨ, ਇਹ ਟਿੱਬਾ ਸੀ, ਅੱਜ ਵੀ ਇਹ ਉੱਚੀ ਜਗ੍ਹਾ ਮਹਾਰਾਜਾ ਰਣਜੀਤ ਸਿੰਘ ਨੇ ਥੜੇ ਜਗ੍ਹਾ ਉੱਤੇ ਗੁਰਦੁਆਰਾ ਇਸ ਕਰਕੇ ਬਣਾਇਆ ਕਿਉਂਕਿ ਜਿਸ ਟਿੱਬੇ 'ਤੇ ਗੁਰੂ ਸਾਹਿਬ ਜੀ ਨੇ ਉਹਨਾਂ ਸਾਧੂਆਂ ਦਾ ਹਾਲ ਵੰਡਾਇਆ ਸੀ, ਉਸ ਟਿੱਬੇ ਦੇ ਉੱਪਰ ਗੁਰੂ ਸਾਹਿਬ ਜੀ ਨੇ ਉਹਨਾਂ ਭੁੱਖਿਆਂ ਸਾਧੂਆਂ ਨੂੰ ਲੰਗਰ ਖਵਾਇਆ ਸੀ। ਉਸ ਟਿੱਬੇ ਨੂੰ, ਉਸ ਮਿੱਟੀ ਨੂੰ ਖਿਲਾਰਿਆ ਨਹੀਂ ਗਿਆ ਬਲਕਿ ਉਸ ਮਿੱਟੀ ਨੂੰ ਥੜਾ ਬਣਾ ਦਿੱਤਾ ਗਿਆ ਟਿੱਬੇ ਨੂੰ। ਗੁਰੂ ਸਾਹਿਬ ਜੀ ਨੇ ਆਪਣੇ ਹੱਥਾਂ ਨਾਲ ਇੱਥੇ ਇੱਕ ਬਾਗਬਾਨੀ ਸਾਹਿਬ ਬਣਾਈ। ਇਹ ਦਰਖਤ ਜਿਹੜੇ ਨੇ ਸਾਡੇ 500 ਸਾਲ ਪੁਰਾਣੇ ਨੇ, ਬੇਰੀ ਅਤੇ ਵਣ ਦਾ ਦਰਖਤ ਜਿਹੜਾ, ਇਸ ਦਰਖਤਾਂ ਦੇ ਥੱਲੇ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਗਰੀਬਾਂ ਨੂੰ, ਔਰ ਇਸ ਬੇਰੀ ਨੂੰ ਪੂਰਾ ਸਾਲ ਬੇਰ ਲੱਗਦੇ ਨੇ, ਹੁਣ ਵੀ ਬੇਰ ਲੱਗੇ ਨੇ, ਲੱਗੇ ਨੇ, ਹਾਂ ਇਹਨੂੰ ਬੇਰ ਲੱਗਦੇ ਨੇ, ਬੂਰ ਲੱਗਦੇ ਨੇ ਮਿੱਠੇ ਦਾ। ਅਤੇ ਇੱਕ ਬੇਰੀ ਦਾ ਦੂਜਾ ਕਿਹੜਾ ਵਣ ਹੈ? ਵਣ
ਅਸਲ ਵਿੱਚ ਸਾਨੂੰ ਗੁਰੂ ਸਾਹਿਬ ਜੀ ਨੇ ਉਦਾਹਰਣ ਤੇ ਦਿੱਤੀ ਹੈ ਬਹੁਤ ਵੱਡੀ ਇੱਕ ਸੋਝੀ ਹੈ ਮਤ ਹੈ ਕਿ ਗੁਰੂ ਸਾਹਿਬ ਜੀ ਦਾ ਲੰਗਰ ਹਾਲ ਇੰਨਾ ਛੋਟਾ ਨਹੀਂ ਹੈ। ਹਾਂਜੀ ਗੁਰਦੁਆਰਾ ਨਹੀਂ ਹੈ ਗੁਰੂ ਸਾਹਿਬ ਜੀ ਦਾ ਲੰਗਰ ਹਾਲ ਹੈ, ਪੂਰਾ ਜਗਤ ਹੀ ਗੁਰੂ ਸਾਹਿਬ ਦਾ ਲੰਗਰ ਹਾਲ ਹੈ। ਸਾਨੂੰ ਜਿਹੜਾ ਸਾਡਾ ਜੀਵਨ ਜਿਹੜਾ ਇੰਨਾ ਛੋਟਾ ਨਹੀਂ ਹੈ, ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਗੁਰਦੁਆਰੇ 'ਚ ਨਹੀਂ ਹੈ, ਗੁਰੂ ਸਾਹਿਬ ਇੱਥੇ ਵੱਸਦੇ ਨੇ ਅਤੇ ਜਿੱਥੇ ਵੱਸਦੇ ਨੇ ਉਹ ਅਸੀਂ ਉਹਨੂੰ ਛੱਡ ਕੇ ਅਸੀਂ ਇਹਨਾਂ ਕੰਧਾਂ ਬਣਾਈ ਜਾਣ ਡੇ ਹਾਂ। ਅਤੇ ਗੁਰੂ ਸਾਹਿਬ ਜੀ ਨੇ ਬਹੁਤ ਵੱਡੀ ਉਦਾਹਰਣ ਦਿੱਤੀ ਹੈ ਕਿ ਗੁਰੂ ਦਾ ਸਿੱਖ ਦਾ ਘਰ ਮੇਰੇ ਪੁੱਤਰ ਦਾ ਘਰ ਮੇਰਾ ਲੰਗਰ ਹਾਲ ਹੈ। ਅਤੇ ਹੋ ਸਕਦਾ ਅਸੀਂ 500 ਰੁਪਏ 10 ਰੁਪਏ ਅਸੀਂ ਫਲਾਣੇ ਜਗ੍ਹਾ ਲੰਗਰ ਹਾਲ ਕਰਨਾ, ਗੁਰੂ ਸਾਹਿਬ ਸਾਡੇ ਘਰ ਦੇ ਬਾਹਰ ਖਲੋਤੇ ਹੋਣ ਫਕੀਰ ਦੇ। ਅਤੇ ਇੱਕ ਇੱਕ ਉਦਾਹਰਣ ਹੈ, ਸਾਨੂੰ ਗੁਰੂ ਸਾਹਿਬ ਜੀ ਨੇ ਇੱਕ ਮਤ ਦਿੱਤੀ ਹੈ ਸੋ ਜੀ ਮਹਾਰਾਜ ਨੇ ਜਦੋਂ 20 ਰੁਪਏ ਦਿੱਤੇ ਗਰੀਬਾਂ ਦੇ ਵਿੱਚ ਵੰਡ ਦਿੱਤੇ ਖਵਾਇਆ ਨਾ, ਅਤੇ ਉਹਨਾਂ ਨੇ ਕਿਹਾ ਕਿ ਸਾਧੂਆਂ ਨੇ ਕਿ ਤੁਹਾਨੂੰ ਤਾਂ ਵਪਾਰ ਵਾਸਤੇ ਮਿਲੇ ਸਨ ਅਤੇ ਕੀ ਜਵਾਬ ਦਿਓ ਕਿ ਮੈਂ ਕਿਹੜਾ ਵਪਾਰ ਕੀਤਾ? ਅਤੇ ਮਹਾਰਾਜ ਕਹਿੰਦੇ ਮੈਨੂੰ ਤਾਂ ਪਿਤਾ ਜੀ ਨੇ ਕੋਈ ਗੱਲ ਸਮਝਾਈ ਸੀ, ਪੁੱਤਰ ਸੱਚ ਦਾ ਵਪਾਰ ਕਰੀ ਜਿਹਦੇ ਵਿੱਚ ਦੁੱਗਣਾ ਤਿੱਗਣਾ ਚੌਗਣਾ ਮੁਨਾਫਾ ਹੋਵੇ। ਅਤੇ ਜਿਹੜਾ ਮੈਂ ਤੁਹਾਡੇ ਨਾਲ ਸੌਦਾ ਵਪਾਰ ਕੀਤਾ ਨਾ, ਅਤੇ ਇਹੀ ਗਰੀਬ ਦਾ ਮੁੱਖ ਗੁਰੂ ਦੀ ਗੋਲਕ ਹੈ ਅਤੇ ਸੁੱਚਾ ਵਪਾਰ ਇਹੀ ਹੈ। ਅਤੇ ਔਰ ਮੈਂ ਇਹ ਜਦੋਂ ਆਪਾਂ ਨਨਕਾਣਾ ਸਾਹਿਬ ਦੇ ਵਿੱਚ ਜਦੋਂ ਰਾਏ ਬੁਲਾਰ ਇੱਕ ਮੁਸਲਮਾਨ ਰਾਜਾ ਸੀ ਅਤੇ ਤੁਸੀਂ ਗੁਰਦੁਆਰਾ ਸਾਹਿਬ ਜਾਣਾ ਵੇਖੋਗੇ ਤਾਂ ਤੰਬੂ ਸਾਹਿਬ, ਅਤੇ ਉੱਥੇ ਜਦੋਂ ਗੁਰੂ ਸਾਹਿਬ ਇੱਥੇ ਵਪਾਰ ਕਰਕੇ ਗਏ ਨਾ, ਅਤੇ ਨਨਕਾਣਾ ਸਾਹਿਬ ਦਾ ਨਾਮ ਜਿਹੜਾ ਕਿਸੇ ਸਿੱਖ ਰਾਜੇ ਨੇ ਨਹੀਂ ਰੱਖਿਆ ਜਾਂ ਕਿਸੇ ਆਪਣਾ ਕਿਸੇ ਨੇ ਮਤਲਬ ਸਿੱਖ ਰਾਜ ਵਿੱਚ ਵੀ ਨਹੀਂ ਹੋਇਆ, ਬਲਕਿ ਜਦੋਂ ਗੁਰੂ ਸਾਹਿਬ ਇੱਥੇ ਵਪਾਰ ਕਰਕੇ ਗਏ ਨੇ ਨਾ, ਅਤੇ ਪਿਤਾ ਨੇ ਥੱਪੜ ਮਾਰਿਆ ਕਿ ਤੂੰ ਮੇਰੇ 20 ਰੁਪਏ ਉਜਾੜ ਕੇ ਆ ਗਿਆ। ਅਤੇ ਰਾਏ ਬੁਲਾਰ ਬਾਬਾ ਜੀ ਨੂੰ ਪਹਿਲਾ ਇੱਕ ਸ਼ਖਸੀ ਜਿਹੜਾ ਗੁਰੂ ਸਾਹਿਬ ਜੀ ਨੂੰ ਮੁਰਸ਼ਦ ਕਰਕੇ ਜਾਣਦਾ ਸੀ, ਪੀਰ ਕਰਕੇ ਮੰਨਦਾ ਸੀ। ਜਦੋਂ ਧੰਦੇ ਕਰਕੇ ਪਤਾ ਲੱਗਾ, ਉਹ ਕਹਿੰਦਾ ਕਾਲੂ ਮੇਰੇ ਪੁੱਤ ਮੇਰੇ ਪੀਰ ਨੂੰ ਥੱਪੜ ਮਾਰਨ ਤੋਂ ਪਹਿਲੇ ਮੈਨੂੰ ਪੁੱਛ ਲੈਂਦਾ। ਲੋਕ ਜਦੋਂ ਖੇਤੀਆਂ ਉਜਾੜਨ ਦੇ ਗੱਲਾਂ ਕਰਦੇ ਸੀ, ਉਹਨਾਂ 'ਤੇ ਪੜਿਆ ਪੰਚਾਇਤ ਮੇਰੇ ਕੋਲ ਲੈ ਕੇ ਆ ਜਾਂਦਾ ਸੀ ਅਤੇ ਕਹਿੰਦਾ ਮੈਂ ਤਾਂ ਨਾਨਕ ਨੂੰ 20 ਰੁਪਏ ਦਿੱਤੇ ਸਨ ਕਿ ਮੇਰਾ ਪੁੱਤਰ ਕੋਈ ਬਿਜ਼ਨਸ, ਮੈਨੂੰ ਕੀ ਪਤਾ ਮੇਰਾ ਪੁੱਤਰ 20 ਰੁਪਏ ਉੱਥੇ ਗਰੀਬਾਂ ਦੇ ਵਿੱਚ ਉਜਾੜ ਕੇ ਆ ਜਾਏਗਾ। ਅਤੇ ਕਹਿੰਦਾ ਮੇਰਾ ਮੁਰਸ਼ਦ ਲੋਕਾਂ ਨੂੰ ਉਜਾੜਨ ਨਹੀਂ ਆਇਆ ਕਾਲੂ। ਲੈ ਮੇਰੀ 1500 ਮੁਰੱਬਾ ਜ਼ਮੀਨ ਹੈ, ਮੈਂ ਆਪਣਾ ਅੱਧਾ ਧਨ ਅੱਧੀ ਦੌਲਤ 750 ਮੁਰੱਬਾ ਜ਼ਮੀਨ ਉਸ ਟਾਈਮ ਗੁਰੂ ਸਾਹਿਬ ਜੀ ਦਾ ਨਾਮ ਲਾਈ ਹੈ। ਅੱਛਾ। ਔਰ ਰਾਏ ਭੋਜ ਦੀ ਤਲਵੰਡੀ ਨੂੰ ਉਹਨਾਂ ਕਿਹਾ ਕਿ ਅੱਜ ਤੋਂ ਬਾਅਦ ਤੂੰ ਚਾਹੁੰਦੇ ਸੀ ਨਾ ਤੇਰੀ ਸੋਭਾ ਹੋਵੇ, ਰਾਏ ਭੋਜ ਦੀ ਤਲਵੰਡੀ ਨੂੰ ਲੋਕ ਰਾਏ ਭੋਜ ਦੀ ਤਲਵੰਡੀ ਨਹੀਂ ਬਲਕਿ ਮੇਰੇ ਮੁਰਸ਼ਦ ਦੇ ਨਾਨਕ ਦੇ ਆਉਣ ਨਾਲ ਨਾਨਕ ਦਾ ਆਉਣਾ ਨਨਕਾਣਾ ਸਾਹਿਬ ਦਾ ਨਾਮ ਤੋਂ ਲੋਕ ਲਿਖਣ ਪੜਨਗੇ। ਨਨਕਾਣਾ ਸਾਹਿਬ ਨਾਮ ਉਹਨੇ ਰੱਖਿਆ ਉਸ ਰਾਜੇ ਨੇ, ਇਹ ਵਡਿਆਈ ਹੈ, ਬਖਸ਼ਿਸ਼ ਹੈ ਆਪਾਂ ਲੋਕ। ਗੁਰਦੁਆਰਾ ਸੱਚਾ ਸੌਦਾ, ਉੱਥੇ ਅਸੀਂ ਲੰਗਰ ਛੱਕ ਰਹੇ ਹਾਂ। ਗੁਰੂ ਨਾਨਕ ਸਾਹਿਬ ਨੇ ਜਿੱਥੇ ਸੌਦਾ ਕੀਤਾ ਸੀ 20 ਰੁਪਏ ਦਾ ਸੌਦਾ ਗੁਰੂ ਨਾਨਕ ਸਾਹਿਬ ਨੇ ਕੀਤਾ ਸੀ, ਅਸੀਂ ਲੰਗਰ ਛੱਕਣ ਵਾਲੇ ਹਾਂ ਜੀ। ਸ਼ੁਕਰ ਹੈ ਮਾਲਕ ਦਾ, ਸ਼ੁਕਰ ਹੈ। ਪੂਰਾ ਆਨੰਦ ਆ ਰਿਹਾ ਜੀ। ਗੁਰਦੁਆਰਾ ਸੱਚਾ ਸੌਦਾ ਦਰਸ਼ਨ ਦੀਦਾਰੇ ਹੋ ਗਏ। ਕਿਆ ਆਨੰਦ ਹੈ ਭਾਈ ਸਾਹਿਬ, ਕਿਆ ਸ਼ਾਂਤੀ ਹੈ, ਕਿਆ ਸਕੂਨ ਹੈ ਸਤਿਗੁਰਾਂ ਦੀ ਹਾਜ਼ਰੀ ਵਿੱਚ। ਲੰਗਰ ਹਾਲ ਇਸ ਜਗ੍ਹਾ 'ਤੇ ਸੁਸ਼ੋਭਿਤ ਹੈ ਜੀ। ਗੁਰਦੁਆਰੇ ਦੀ ਜਗ੍ਹਾ ਦੇ ਵਿੱਚ ਬਾਗ ਬਗੀਚਾ, ਦੂਰੋਂ ਦੂਰੋਂ ਸੰਗਤਾਂ ਇਹ ਦਰਸ਼ਨ ਕਰਨ ਆਉਂਦੀਆਂ ਹਨ। ਸਾਨੂੰ ਸਿਕਿਉਰਿਟੀ ਮਿਲੀ ਹੋਈ ਹੈ ਅੱਗੇ ਕਿ ਪੂਰਾ VIP ਟ੍ਰੀਟਮੈਂਟ ਦਿੱਤਾ ਜਾ ਰਿਹਾ ਹੈ ਅਤੇ ਇੱਥੇ ਸਿੱਖਾਂ ਨੂੰ ਬਹੁਤ ਰਿਸਪੈਕਟ ਦਿੱਤੀ ਜਾਂਦੀ ਹੈ, ਜਿਹੜੀ ਮੇਨ ਗੱਲ ਹੈ। ਜਦੋਂ ਵੀ ਕੋਈ ਇੱਥੇ ਦਰਸ਼ਨ ਦੀਦਾਰੇ ਕਰਨ ਲਈ ਆਉਂਦੇ ਨੇ ਕੋਈ ਪ੍ਰਚਾਰਕ, ਅਤੇ ਇਹ ਨਾਲ ਸਿਕਿਉਰਿਟੀ ਜ਼ਰੂਰ ਦਿੰਦੇ ਹੈ ਅਤੇ ਬਹੁਤ ਚੰਗੀ ਗੱਲ ਹੈ। ਬਹੁਤ ਧੰਨਵਾਦ ਹੈ ਜੀ ਪਾਕਿਸਤਾਨ ਗੌਰਮੈਂਟ ਦਾ, ਬਹੁਤ ਧੰਨਵਾਦੀ ਹਾਂ ਜੀ।